ਚੁਰਾਨਵੇਂ 71 55 7 6 55 7 ਪਤਾ ਮੇਰੀ ਧੀ ਨੂੰ ਰਾਤੀ ਉਹਨੇ ਮਾਰ ਕੁੱਟਿਆ, ਬਹੁਤ ਕੁੱਟੀ ਉਹਨੇ ਸਹੁਰੇ ਨੇ, ਜਵਾਈ ਨੇ, ਸੱਸ ਨੇ ਕੁੱਟੀ। ਕਿਉਂ ਆਂਟੀ ਜੀ, ਅੱਗੇ ਵੀ ਕਦੇ ਇਦਾਂ ਦੇ ਮਾਮਲੇ ਹੁੰਦੇ? ਅੱਗੇ ਵੀ ਕਰਦੇ ਤੇ ਮੇਰੀ ਧੀ ਨੇ ਇਦਾਂ ਦਾ ਬਲੇਵ, ਅੱਗੇ ਵੀ ਮੇਰੀ ਧੀ ਨੂੰ ਮਾਰ ਦਿੰਦੇ ਤੇ ਕਾਰਨ ਤਾਂ ਕਹਿੰਦੇ ਅਸੀਂ ਹੈਨੀ ਰੱਖਣੀ ਕਦੀ ਮੇਰੀ ਧੀ ਨੂੰ, ਕਹਿੰਦੇ 5,000,00,000 ਰੁਪਈਆ ਲਿਆ ਆਪਣੇ ਮਾਪਿਆਂ ਤੇ ਦੇਜ ਤੇ ਕਦੀ ਮੇਰੀ ਧੀ ਤੇ 1,00,000 ਰੁਪਈਆ ਮੰਗਦੇ ਤੇ ਮੈਂ ਗਰੀਬਣੀ ਹੈ, ਮੈਂ ਕਿੱਥੋਂ ਦੇਣਾ ਤਾਂ, ਮੇਰੀ ਧੀ ਮਾਰ ਦਿੱਤੀ ਉਹਨੀ। ਫਿਰ 2 ਵਾਰੀ ਕੰਪਲੇਂਟ ਹੋਈ ਜੀ, 1 ਵਾਰੀ ਰੋਪੜ ਹੋਈ, 1 ਵਾਰੀ ਸਾਡੇ ਨੰਗਲ ਠਾਣੇ 'ਚ ਹੋਈ। ਮੈਂ ਉੱਥੇ ਸਮਝੌਤਾ ਕਰਕੇ ਤੋਰੀ ਤੀ, ਪਰਚਾ ਲਿਖਾ ਕੇ ਤੋਰੀ ਤੀ। ਉਹ ਮੇਰੀ ਧੀ ਜੇ ਆਪ ਮਰਦੀ ਤਾਂ ਵੀ ਆਛੂ ਤੂੰ ਫਸਦਾ ਏ। ਨਾਮ ਕੀ ਸੀ ਗੁੜੀਆ ਦਾ ਜੀ? ਮੇਰੀ ਧੀ ਪ੍ਰਿਆ। ਉਮਰ ਕਿੰਨੀ ਸੀ ਗੁੜੀਆ ਦੀ? 25 ਸਾਲ ਦੀ। ਕਿਹੜੇ ਸਾਲ 'ਚ ਵਿਆਹ ਕੀਤਾ ਸੀ ਇੱਥੇ? 2021। 2021 'ਚ ਕੀਤਾ ਦਾ। ਕਿਹੜੇ ਪਿੰਡ ਕੀਤਾ ਸੀਗਾ ਜੀ? ਨੰਗਲ ਡੈਮ। ਨਹੀਂ, ਕੁੜੀ ਕਿਹੜੀ ਜਗ੍ਹਾ ਵਿਆਹੀ ਸੀਗੀ ਜੀ? ਹੁਸ਼ਿਆਰਪੁਰ ਬਿਲਾ ਮੈਨੂੰ ਲੱਗਣ ਗੁਨੂੜ ਛੋਟਾ ਬਜਵਾੜਾ। ਛੋਟਾ ਬਜਵਾੜਾ। ਆਂਟੀ ਜੀ, ਰਾਤੀ ਦੱਸਦੇ ਕਿ ਜਦੋਂ ਪਹਿਲਾਂ ਦਵਾਈਆਂ ਪਲਾਈਆਂ ਫਿਰ ਤੁਹਾਨੂੰ 12-1 ਵਜੇ ਦੇ ਕਰੀਬ ਫੋਨ ਆਉਂਦਾ ਕਿ ਗੁੜੀਆ ਦਾ? ਸਾਨੂੰ ਫੋਨ ਆ ਕਿ ਗੁੜੀਆ ਦੀ ਛੋਟੀ ਭੈਣ ਆ ਮੈਨੂੰ। ਹਾਂਜੀ, ਮੈਂ ਉਹਦੀ ਛੋਟੀ ਭੈਣ ਨੇ ਮੈਨੂੰ ਫੋਨ ਇਹ ਆ ਰਿਹਾ ਸੀ ਕਿ ਮੇਰੇ ਨਾਲ ਬਹੁਤ ਮਾਰ ਕੁੱਟ ਹੋ ਰਹੀ ਆ, ਮੈਨੂੰ ਬਚਾ ਲਾ ਕੇ
ਫੋਨ ਰਿਕਾਰਡਿੰਗ 'ਤੇ ਸੀ, ਸਾਰੀ ਰਿਕਾਰਡਿੰਗਾਂ ਮੇਰੇ ਕੋਲ ਪਈ ਵੀ, ਉਹਦੇ ਸੋਰੀ ਦੀ ਰਿਕਾਰਡਿੰਗਾਂ ਪਈ ਵੀ, ਸਾਰੀਆਂ ਰਿਕਾਰਡਿੰਗਾਂ ਮੇਰੇ ਕੋਲ ਹੈ। ਮਾਰਦੇ ਕੁੱਟਦੇ ਨਾਲ ਫੋਨ ਹੁੰਦਾ ਗਿਰ ਗਿਆ, ਪੁਲਿਸ ਵਾਲੇ ਨੇ 112 'ਤੇ ਕੰਪਲੇਂਟ ਕੀਤੀ, 100 'ਤੇ ਕੰਪਲੇਂਟ ਕੀਤੀ, ਕਿਸੇ ਨੇ ਫੋਨ ਨਹੀਂ ਚੱਕਿਆ। 100 'ਤੇ ਐਕਸੀਡੈਂਟ ਬਾਅਦ ਦੀ ਗੱਲ ਹੈ, ਐਕਸੀਡੈਂਟ ਬਾਅਦ ਦੀ ਗੱਲ ਹੈ ਇਹ। 100 ਨੰਬਰ 'ਤੇ ਕੰਪਲੇਂਟ ਕੀਤੀ, ਝੂਠਾ ਡਰਾਮਾ ਸਾਰਾ, 100 ਨੰਬਰ 'ਤੇ ਕੰਪਲੇਂਟ ਕੀਤੀ, ਜਦੋਂ ਮਾਰ ਕੁੱਟ ਹੋ ਰਹੀ ਸੀ, ਪੁਲਿਸ ਵਾਲੇ ਨੇ ਇਹ ਜਵਾਬ ਦਿੱਤਾ, ਅਸੀਂ ਐਕਸੀਡੈਂਟ ਦੇ ਕੇਸ 'ਚ ਕਿਤੇ ਬਾਹਰ ਆਏ ਹੋਏ, ਕਹਿੰਦੇ ਸਾਡੀ ਸੁਣਵਾਈ ਕਰੋ। ਮੇਰੀ ਭੈਣ ਨੇ ਬਹੁਤ ਫੋਨ ਕੀਤੇ, ਕੋਈ ਪੁਲਿਸ ਵਾਲੇ ਨੇ ਫੋਨ ਨਹੀਂ ਚੱਕਿਆ। ਦੋਸ਼ ਇਹ ਹੈ ਮੈਡਮ ਕਿ ਸੋਹਰਾ ਪਰਿਵਾਰ ਨੇ ਮਾਰੀ, ਬਾਅਦ ਵਿੱਚ ਹਾਂ ਐਕਸੀਡੈਂਟ ਦਾ ਰੂਪ ਦੇ ਪਹਿਲੇ ਚੱਲ ਸੀ। ਹਾਂ ਪਹਿਲੇ ਵੀ ਸਾਡੀ ਅਨੰਦਪੁਰ ਸਾਹਿਬ ਨੰਗਲ ਸਾਹਿਬ ਤੋਂ ਆਏ। ਅੱਛਾ, ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਨੰਗਲ? ਹਾਂਜੀ, ਨੰਗਲ ਡੈਮ ਤੋਂ ਆਏ। ਕਿੱਥੇ ਕਿਹੜੇ ਪਿੰਡ ਵਿਆਹੀ ਹੋਈ ਸੀ ਕੁੜੀ? ਕੁੜੀ ਵਿਆਹੀ ਉਹਦੇ ਛੋਟੇ ਬਜਵਾੜੇ ਵਿਆਹੀ ਹੋਈ ਸੀਗੀ ਜੀ। ਰਾਤ ਕੁੜੀ ਦਾ 7 ਵਜੇ ਫੋਨ ਆਇਆ ਸੀ ਉਹਦੇ ਫਾਦਰ ਨੂੰ ਕਿ ਮੇਰੇ ਨਾਲ ਕੁੱਟਮਾਰ ਕਰਦੇ ਪਏ ਆ। ਜਦੋਂ ਕੁੱਟਮਾਰ ਕਰਦੇ ਪਏ ਸੀਗੇ ਤਾਂ ਉਸਨੇ ਉਹਦੀ ਰਿਕਾਰਡਿੰਗ ਵੀ ਭੇਜਤੀ ਫਾਦਰ ਨੂੰ, ਵੀ ਆ ਦੇਖੋ ਹੈ। ਥੋੜ੍ਹੀ ਦੇਰ ਬਾਅਦ ਲੜਕੀ ਦਾ ਫੇਰ ਫੋਨ ਆਉਂਦਾ ਕਿ ਮੈਨੂੰ ਜ਼ਬਰਦਸਤੀ ਕੁਛ ਨਾ ਕੁਛ ਇਹ ਪਿਲਾ ਰਹੇ ਹੈ। ਉਸ ਤੋਂ ਬਾਅਦ ਲੜਕੀ ਦਾ ਫੋਨ ਬੰਦ ਹੋ ਜਾਂਦਾ ਹੈ। ਫਿਰ ਉਹਦੇ ਥੋੜ੍ਹੀ ਦੇਰ ਬਾਅਦ ਲੜਕੀ ਦੇ ਹਸਬੈਂਡ ਦਾ ਫੋਨ ਆਉਂਦਾ ਲੜਕੀ ਦੇ ਫਾਦਰ ਨੂੰ ਵੀ ਲੜਕੀ ਨੇ ਫਿਨਾਇਲ ਪੀ ਲਈ ਹੈ। ਜਦੋਂ ਫਿਨਾਇਲ ਪੀ ਲਈ ਹੈ ਫਿਰ ਉਹਨਾਂ ਨੇ ਮਤਲਬ ਕਿ ਆਪਣੀ ਜਿਸ ਤਰ੍ਹਾਂ ਸਾਰੇ ਪਰਿਵਾਰ ਪੇਰੈਂਟਸ ਜੋ ਹੋਈ ਜਾਂਦੇ ਆ ਹੋ ਗਏ, ਕੁਛ ਅੱਧੇ ਪੌਣੇ ਘੰਟੇ ਬਾਅਦ ਰਾਤ ਨੂੰ 12 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਦਾ ਫੋਨ ਆਉਂਦਾ ਵੀ ਤੁਹਾਡੀ ਲੜਕੀ ਦਾ ਐਕਸੀਡੈਂਟ ਹੋ ਗਿਆ। ਫਿਰ ਲੜਕੀ ਦੀ ਸਿਸਟਰ ਚੰਡੀਗੜ੍ਹ ਤੋਂ ਉੱਥੇ ਪਹੁੰਚਦੀ ਹੈ, ਜਦੋਂ ਪਹੁੰਚੇ ਦੇਖਦੀ ਹੈ ਤਾਂ ਉਹਦੀ ਤਾਂ ਮੌਤ ਹੋ ਚੁੱਕੀ ਹੈ। ਮਤਲਬ ਕਿ ਸਾਡੀ ਮੰਗ ਇਹ ਹੈ ਕਿ ਜਦੋਂ ਉਹਦੇ 'ਤੇ ਅੱਤਿਆਚਾਰ ਹੋ ਰਿਹਾ ਸੀ 112 'ਤੇ ਉਹਨੇ ਕੰਪਲੇਂਟ ਕੀਤੀ ਹੈ, ਉਸ ਵਕਤ ਪ੍ਰਸ਼ਾਸਨ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ? ਕਿੰਨਾ ਟਾਈਮ ਹੋ ਗਿਆ ਜੀ? 2 ਸਾਲ ਹੋ ਗਏ ਸੀ ਵਿਆਹ ਨੂੰ, 1.5 ਸਾਲ ਦੀ ਕੁੜੀ ਹੈ। ਅਤੇ ਕਾਰਨ ਕੀ ਆ, ਕਿਉਂ ਸਹੁਰਾ ਪਰਿਵਾਰ ਵੱਲੋਂ? ਦੇਖੋ, ਪਹਿਲਾਂ ਵੀ ਉਸ ਲੜਕੀ ਦੇ ਉੱਪਰ ਸਹੁਰਾ ਪਰਿਵਾਰ ਵੱਲੋਂ ਅੱਤਿਆਚਾਰ ਕੀਤੇ ਜਾ ਰਹੇ ਸੀਗੇ। ਭਈਆ ਜੀ, ਸੀ ਕੋਈ ਕਾਰਨ ਤਾਂ ਹੋਏਗਾ ਜੀ? ਕੋਈ ਡਾਂਟ ਕਰਦੇ? ਮਤਲਬ ਕਿ ਉਹ ਲੜਕਾ ਵਿਹਲਾ ਕੁਛ ਕਰਦਾ ਨਹੀਂ ਹੈ ਜੀ, ਨਸ਼ੇ ਕਰਦਾ ਵਿਹਲਾ ਹੈਗਾ। ਜੇ ਕੋਈ ਰੁਜ਼ਗਾਰ ਕਰੂੰਗਾ ਤਾਂ ਲੜਕੀ ਨੂੰ ਕੁਛ ਦਊਗਾ, ਠੀਕ ਹੈ। ਉਹ ਜਦੋਂ ਵਿਹਲਾ ਬੈਠਾ ਤਾਂ ਉਹ ਕਹਿੰਦੇ ਹੋਣੇ ਕਿ ਸ਼ੈਤਾਨ ਦਾ ਘਰ, ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਲੜਕੀ ਦੇਖਿਆ ਤਾਂ ਉਹਨਾਂ ਦੇ 2000 ਰੱਖੀ ਸੀ ਕੁੜੀ ਦਾ, ਪ੍ਰਿਆ। ਮੇਰਾ ਨਾਮ ਦੀਪਕ ਨੰਦਾ, ਮੈਂ ਪਾਰਸ਼ਾ ਦਾ ਨੰਗਲ 'ਚ। ਅਸੀਂ ਨੰਗਲ ਤੋਂ 100 ਕਿਲੋਮੀਟਰ ਦੂਰ ਆ ਜਿੰਨਾ ਸਾਡਾ ਸਾਰਾ ਪਿੰਡ, ਇਹ ਤਾਂ ਕੋਈ ਲੋਕਲ ਬੰਦਾ ਨਹੀਂ ਹੈ, ਇਹ ਸਾਰੇ ਸਾਡੇ ਪਿੰਡ ਦੇ ਬੰਦੇ ਆ, ਨੰਗਲ ਦੇ ਬੰਦੇ। ਤਾਂ 100 ਕਿਲੋਮੀਟਰ ਦੂਰ ਤੋਂ ਅਸੀਂ ਆਏ ਹਾਂ ਸਵੇਰੇ ਦੇ ਮੈਂ ਉਹੀ ਤੁਹਾਨੂੰ ਦੱਸ ਰਿਹਾ, ਸਵੇਰ ਦੇ 6 ਵਜੇ ਦੇ ਅਸੀਂ ਬੈਠੇ ਹਾਂ ਇੱਥੇ ਸਿਵਲ ਹਸਪਤਾਲ 'ਚ। ਕਦੀ ਸਾਨੂੰ ਕਹਿੰਦੇ ਥਾਣਾ ਸਦਰ ਜਾਓ, ਕਦੀ ਕਹਿੰਦੇ ਥਾਣਾ ਸਿਟੀ ਜਾਓ। ਇਹ ਅਗਰ ਥਾਣੇ ਸਦਰ ਜਾਂਦੇ ਹਾਂ ਉਹ ਕਹਿੰਦੇ ਪਹਿਲਾਂ ਸਿਟੀ ਥਾਣੇ ਜਾਓ। ਐਕਸੀਡੈਂਟ ਹੋਇਆ ਜਿਹੜਾ ਥਾਣੇ ਸਦਰ ਦੇ ਕੋਲ, ਉਹ ਏਰੀਆ ਪੈਂਦਾ ਥਾਣਾ ਸਿਟੀ ਦਾ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਅਲੱਗ ਮੁੱਦਾ, ਲੇਕਿਨ ਜਿਹੜੇ ਕੁੜੀ ਨੂੰ ਜ਼ਹਿਰ ਪਿਲਾਇਆ ਗਿਆ, ਕੁੜੀ ਦਾ 7 ਵਜੇ ਸਾਨੂੰ ਫੋਨ ਆਉਂਦਾ ਕਿ ਮੈਨੂੰ ਮਾਰ ਕੁੱਟ ਕਰਦੇ ਪਏ। ਉਸ ਤੋਂ ਬਾਅਦ ਤਕਰੀਬਨ 9-10 ਵਜੇ ਦੇ ਕਰੀਬ ਫੋਨ ਆਉਂਦਾ ਮੁੰਡੇ ਦਾ ਕਿ ਕੁੜੀ ਨੇ ਕੁਛ ਖਾ ਲਿਆ। ਉਸ ਤੋਂ ਬਾਅਦ 12:30 ਵਜੇ ਜਾਂ 1 ਵਜੇ ਸਾਨੂੰ ਫੋਨ ਆਉਂਦਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ। ਤਾਂ ਅਸੀਂ ਸਾਰੇ ਘਬਰਾ ਗਏ, ਅਸੀਂ ਸਵੇਰੇ ਇੱਥੇ ਆਏ ਕਿ ਸਾਨੂੰ ਪਤਾ ਤਾਂ ਲੱਗੇ ਕੁੜੀ ਨੂੰ ਹੋਇਆ ਕੀ ਹੈ। ਕੁੜੀ ਦੀ ਉਮਰ ਤਕਰੀਬਨ 25 ਸਾਲ, 1.5 ਸਾਲ ਦੀ ਕੁੜੀ ਹੈ। ਪਹਿਲਾਂ ਵੀ ਕਦੀ ਰਾਜੀਨਾਮਾ ਵਗੈਰਾ ਹੋਏ ਆ? ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ, ਰਾਜੀਨਾਮਾ ਮੁੰਡਾ ਆਪਣੇ ਆਪ ਲੈ ਕੇ ਗਿਆ ਕੁੜੀ ਨੂੰ। ਅਸੀਂ ਵੀ ਹਰ ਕੋਈ ਮਾਂ ਪਿਓ ਚਾਹੁੰਦਾ ਕਿ ਸਾਡੀ ਕੁੜੀ ਵਧੇ। ਇੱਕ ਗੱਲ ਹੋਰ, ਸਾਡਾ ਇਹਦੇ ਵਹਿਮ ਦਾ ਕਾਰਨ ਕੀ ਹੈ? ਸਭ ਕੁਝ ਠੀਕ ਹੋ ਰਿਹਾ ਸੀਗਾ, ਸਾਡਾ ਪੋਸਟਮਾਰਟਮ ਵੀ ਹੋ ਰਿਹਾ ਸੀਗਾ। ਉਸ ਤੋਂ ਬਾਅਦ ਸਾਨੂੰ ਉੱਥੇ ਅਸੀਂ ਪੁੱਛਿਆ ਕਿ ਜਿਹੜਾ ਸਹੁਰਾ ਪਰਿਵਾਰ ਉਹ ਕਿੱਥੇ ਹੈ, ਅਸੀਂ ਅਗਰ ਇਹਦੇ ਪਰੇਸ਼ਾਨ ਹੋ ਰਹੇ ਹੋ ਕਿਤੇ। ਕਹਿੰਦੇ ਸਾਨੂੰ ਨਹੀਂ ਪਤਾ ਕਿੱਥੇ ਹੈ। ਮੈਂ ਕਿਹਾ ਉਹਨਾਂ ਦਾ ਮੁਲਾਜ਼ਾ ਕਰਾਇਆ ਤੁਸੀਂ? ਕਹਿੰਦੇ ਮੁਦਈ ਦਾ ਮੁਲਾਜ਼ਾ ਥੋੜ੍ਹੀ ਹੁੰਦਾ। ਮੈਂ ਕਿਹਾ ਤੁਹਾਨੂੰ ਕਿਤੇ ਪਤਾ ਮੁਦਈ ਹੈ ਉਹ? ਹੁਣ ਮਾਂ ਪਿਓ ਵੀ ਸਵੇਰ ਦੇ ਪਰੇਸ਼ਾਨ, ਮਾਂ ਉਹਦੀ ਕੁੜੀ ਦੀਆਂ 3 ਭੈਣਾਂ ਜੀ ਹੋਰ। ਅਸੀਂ ਇਨਸਾਫ ਦੀ ਮੰਗ ਕਰਦੇ ਕਿ ਉਹਨਾਂ ਸਹੁਰਾ ਪਰਿਵਾਰ 'ਤੇ ਪਰਚਾ ਹੋਣਾ ਚਾਹੀਦਾ ਵਾ।
ਰਾਤ ਐਕਸੀਡੈਂਟ ਹੋਇਆ ਸਿਟੀ ਏਰੀਏ 'ਚ, ਇਹ ਕਹਿੰਦੇ ਕੁੜੀ ਕੋਈ ਦੇ ਕੇ ਮਾਰਿਆ, ਮੈਂ ਕਿਹਾ ਪੋਸਟਮਾਰਟਮ ਕਰਾ ਕੇ ਪਤਾ ਲੱਗ ਜੂਗਾ ਕੋਈ ਦਿੱਤਾ ਹੋਇਆ ਕੁਛ, ਤਾਂ ਪੋਸਟਮਾਰਟਮ ਪਤਾ ਲੱਗ ਜੂਗਾ, ਪੋਸਟਮਾਰਟਮ ਕਰਾਉਣ ਲੱਗੇ ਕਰਦੇ ਪਤਾ ਧਰਨਾ ਕਾਹਦੇ ਲਾਇਆ ਉਹਨੇ, ਪਹਿਲਾਂ ਵੀ ਕਿਤੇ ਸ਼ਿਕਾਇਤਾਂ ਕਰਾਈਆਂ ਸੀ ਇਹਨਾਂ ਦੇ, ਕੋਈ ਸ਼ਿਕਾਇਤ ਨਹੀਂ, ਪਹਿਲਾਂ ਆਰਡੀ ਆਈ, ਮੈਂ ਸਰਪੰਚ ਨਾਲ ਪਿੰਡ ਦੇ ਨਾਲ ਗੱਲ ਕੀਤੀ ਹੈ, ਕਹਿੰਦਾ ਮੇਰੇ ਕੋਲ ਰਾਤੀ ਆਏ ਸੀ ਉਹਨੇ ਤੀਵੀਂ ਆਦਮੀ, ਬਿਨਾਂ ਖਰਚੇ ਦਾ ਆਪਸ 'ਚ ਰੌਲਾ ਸੀ ਵੀ ਖਰਚਾ ਨਹੀਂ ਦਿੰਦਾ ਮੇਰੇ ਘਰ ਵਾਲਾ, ਉਹ ਕਹਿੰਦਾ ਮੈਂ ਸਵੇਰੇ ਬੁਲਾਇਆ ਵੀ ਸਵੇਰੇ 10 ਵਜੇ ਆ ਜਾਓ ਤੁਹਾਡਾ ਬੈਗ ਨਵੇੜ ਦਾਂਗੇ, ਇੱਕ ਕਹਿੰਦਾ ਜੇ ਕੋਈ ਹਾਦਸੇ ਦਾ ਵੀ ਕਾਰਨ ਬਣਾਇਆ ਗਿਆ ਕੁੜੀ ਨੂੰ ਪਹਿਲਾਂ ਕੋਈ ਫਨੈਲ ਵਗੈਰਾ ਪਲਾਈ ਗਈ, ਤਾਂ ਭਾਅ ਜੀ ਪੋਸਟਮਾਰਟਮ ਕਰਾ ਸਕਦਾ ਨਾ ਵੀ ਕੀ ਹੋਇਆ, ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨੂੰ ਅਰੈਸਟ ਕਰ ਲਿਆ ਜੀ ਪੁਲਿਸ ਨੇ, ਹਾਂਜੀ ਜਿੰਨਾ ਗੱਡੀ ਨੇ ਐਕਸੀਡੈਂਟ ਵੀ ਹੋਇਆ ਉਹ ਸਿੱਧੀ ਅਰੈਸਟ ਹੋ ਗਿਆ, ਪਰਚਾ ਦਰਜ ਹੋ ਗਿਆ, ਸਿੱਧੀ ਅਰੈਸਟ ਹੋ ਗਿਆ, ਕਹਿੰਦਾ ਕਿ ਸਦਰ ਵਾਲੇ ਸਿਟੀ ਭੇਜ ਦਿੰਦੇ, ਸਿਟੀ ਵਾਲੇ ਸਦਰ ਭੇਜ ਦਿੰਦੇ, ਇਦਾਂ ਵੀ ਕੁਝ ਹੋਇਆ ਜਿਹੜਾ ਐਕਸੀਡੈਂਟ, ਸਵੇਰ ਦਾ ਕਹਿੰਦੇ ਧੱਕੇ ਖਾ ਰਹੇ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹ ਥਾਣੇ ਸਿਟੀ ਦੇ ਏਰੀਆ 'ਚ ਹੋਇਆ, ਠੀਕ ਹੈ ਪਰਚਾ ਦਰਜ ਉੱਥੇ ਹੋਣਾ, ਸਿਟੀ ਹੋਣਾ ਪਰਚਾ ਦਰਜ ਜਿਹੜਾ ਹੋਇਆ, ਜਿਹੜਾ ਸਦਰ ਸਾਡੇ ਕੋਲ ਕੰਪਲੇਂਟ ਕੋਈ ਨਹੀਂ ਤੀ ਆਏ ਸੀਗੇ, ਮੈਂ ਉਹਦੀ ਪੋਸਟਮਾਰਟਮ ਕਰਾਓ, ਜੇ ਉਹਨੂੰ ਜ਼ਹਿਰ ਦਿੱਤੀ ਹੋਈ ਜੇ ਕੁਆਮ ਕੁੱਟਮਾਰ ਹੋਈ ਹੋਈ ਕੋਈ ਪੋਸਟਮਾਰਟਮ ਜਾ ਜਾਣਾ, ਉਸ ਹੁਣ ਜੋ ਬਣਦੀ ਕਰ ਵੀ ਕਰ ਦਾਂਗੇ, ਪਰ ਰਾਤ ਦੀਆਂ ਸਰ ਕੁੜੀ ਦੀਆਂ ਰਿਕਾਰਡਿੰਗਾਂ ਵੀ ਆ ਰਹੀਆਂ ਗਾ ਇਹਨਾਂ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਕੁੜੀ ਨੂੰ ਰਾਤੀ ਜਿਹੜਾ ਮੇਰੇ ਕੋਲ ਨਹੀਂ ਕੋਈ ਵੀ ਕੁੱਟਮਾਰ ਵੀ ਕੀਤੀ ਆ, ਕਾਫੀ ਕੁਝ ਕੀਤਾ ਵਾ, ਮੇਰੇ ਕੋਲ ਕੋਈ ਨਹੀਂ, ਮਾਰਨ ਦੀ ਧਮਕੀ ਵੀ ਦਿੱਤੀ ਉਹਨਾਂ ਕੋਲ ਹੈਗੇ ਸੀ, ਮੇਰੇ ਕੋਲ ਮੈਂ ਉਹਨੂੰ ਕਿਹਾ ਸੀ ਜੋ ਤੁਹਾਡੇ ਕੋਲ ਹੈਗਾ ਸਾਨੂੰ ਦੇ ਦਿਓ ਪਿੰਡ ਰਾਜ ਪਾ ਕੇ ਮੈਂ ਦੇਖ ਲੈਂਦੇ, ਤੇ ਹੁਣ ਕੀ ਗੱਲ ਨਿਬੜੀ ਇਹਨਾਂ ਦਾ ਧਰਨਾ ਧੁਨਾ ਮਕਾਉਣ ਦੀ, ਹਾਂਜੀ ਧਰਨਾ ਮਕਾਉਣ ਦੀ ਹੁਣ ਪੋਸਟਮਾਰਟਮ ਕਰਾਉਣ ਲੱਗੇ ਜੀ, ਜਿਹੜਾ ਕਹਿੰਦੇ ਵੀ ਕੁੜੀ ਨੂੰ ਦਿੱਤਾ ਕੁਛ ਉਹੀ ਬਿਆਨ ਲੈ ਕੇ ਪਰਚਾ ਦੇ ਦਿੰਦੇ 306 ਦਾ ਜੋ ਬਣਦਾ ਹੋਇਆ, ਪੋਸਟਮਾਰਟਮ ਹੋ ਜੂ ਪਤਾ ਲੱਗ ਜੂ ਕੀ ਕਰਨ ਦਾ।